ਦੇ ਭਵਿੱਖਦੇ ਨਹੀਂ, ਸੜਕਾਂ ਦੇ ਬਹਿ ਗਏ ਸੀ। ਪਰ ਸਰਕਾਰ ਨੇ ਜਦੋਂ ਸਰਕਾਰ ਨੇ ਕਿਹਾ ਫੋਨ ਕਰਕੇ ਸ਼ੀਤਲ ਤੂੰ ਧਰਨੇ ਤੋਂ ਉੱਠ ਜਾ, ਆਪਾਂ ਕੱਲ੍ਹ ਤੇਰੀ ਮੀਟਿੰਗ ਸੀਐਮ ਸਾਹਿਬ ਦੇ ਨਾਲ। ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਨੇ ਪੂਰਾ ਜਵਾਬ ਦਿੱਤਾ। ਉਹ ਜਾਣਦੇ ਫਿਰ ਗੱਡੀ ਜਾਣਦੇ ਯਾਰ, ਗੱਡੀ ਜਾਣਦੇ ਯਾਰ, ਭਾਵੀ ਗੱਡੀ ਜਾਣਦੇ ਹੋ, ਗੱਡੀ ਛੋੜ ਦਿਓ, ਇਹ ਬੀਜੇਪੀ ਦੀ ਗੱਡੀ ਹੈ, ਇਹ ਸਾਰੇ ਪੰਜਾਬ ਨੂੰ ਹੂੰਜ ਕੇ ਕੁੱਟ ਰਹੇ ਹੋ ਤੁਸੀਂ। ਕੁਝ ਘੰਟਿਆਂ ਦਾ ਸਮਾਂ ਰਹਿ ਗਿਆ ਭਗਵੰਤ ਮਾਨ ਜੀ, ਕੁਝ ਘੰਟਿਆਂ ਦਾ ਤੁਹਾਡੀਆਂ ਗਾਲੀਆਂ ਕਰਤੂਤੀਆਂ ਸ਼ੀਤਲ ਗੁਰਾਜ ਜੀ ਨੇ ਤੁਹਾਡੇ ਸਾਹਮਣੇ ਜਨਤਾ ਦੇ ਸਾਹਮਣੇ ਆ ਪਬਲਿਕ ਅਗੇ ਇਹ ਕਰਦਾ ਸੀ ਜੋ ਕਿ ਉਹਦੀ ਰਿਕਾਰਡਿੰਗ ਵਿੱਚੋਂ ਆਇਆ, ਉਹ ਤੇਰੇ ਘਰ ਤੱਕ ਪਹੁੰਚਦੇ ਸੀ ਜਾਂ ਉਹ ਖਾ ਜਾਂਦਾ ਸੀ, ਇਹ ਜਵਾਬ ਜਨਤਾ ਦੇ ਵੀ ਪੁੱਛ ਰਹੀ ਹੈ। ਪੁੱਛ ਰਿਹਾ ਪੂਰਾ ਪੰਜਾਬ, ਪੁੱਛ ਰਿਹਾ ਪੂਰਾ ਪੰਜਾਬ ਕਿ ਜਿਹੜੇ ਤੂੰ ਲਾਰੇ ਲਾਏ ਸੀ ਝੂਠੇ ਵਾਅਦੇ ਕੀਤੇ ਸੀ ਹਜ਼ਾਰਾਂ ਵਾਲੇ, ਭੈਣਾਂ ਦਾ ਹਜ਼ਾਰ ਹਜ਼ਾਰ ਰੁਪਇਆ ਖਾਧਾ ਨਾ ਭਗਵੰਤ ਮਾਨ ਨੇ, ਇਹ ਭਗਵੰਤ ਮਾਨ ਨੂੰ ਮੇਰੀਆਂ ਭੈਣਾਂ ਜਵਾਬ ਦੇਣਗੀਆਂ, ਮੇਰੇ ਮਾਤਾ ਮੇਰੇ ਬਜ਼ੁਰਗਾਂ ਦੀ ਪੈਨਸ਼ਨ ਖਾ ਕੇ ਬੈਠਾ ਭਗਵੰਤ ਮਾਨ, ਮੇਰੇ ਬਜ਼ੁਰਗ ਜਵਾਬ ਦੇਣਗੇ, ਮੇਰੇ ਪੰਜਾਬ ਸਰਕਾਰ ਦੇ ਮੂੰਹ ਤੁਹਾਡਾ ਯਾਰ ਤੇ ਲਾਟਰੀ ਦੜੇ ਛੱਡੇ ਨੂੰ ਚੱਲੀ ਜਾਣ ਦੇ ਸਾਡੇ ਹੀ ਅਮਰਾਜ ਨੇ ਸਟੈਂਡ ਲਿਆ ਆਪਣੇ ਲੋਕਾਂ ਦੇ ਲਈ, ਮੈਂ ਇਹਦੇ ਵਿੱਚ ਤੁਹਾਨੂੰ ਪੂਰੇ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਮੈਂ ਤਾਂ ਇੱਕ ਗੱਲ ਕਹਾਂ, ਤੁਹਾਨੂੰ ਅੱਧੀ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਜਿਹੜੀਆਂ ਤੁਹਾਡੀਆਂ ਕਰਤੂਤਾਂ ਨੇ ਨਾ ਲੋਕਾਂ ਦੇ ਸਾਹਮਣੇ ਆ ਚੁੱਕੀਆਂ। ਉਹ ਲੋਕਾਂ ਦੇ ਸਾਹਮਣੇ ਕਿਵੇਂ ਆਈਆਂ? ਕਿਉਂਕਿ ਸਾਡੇ ਆਪਣੇ ਸਾਡੇ ਬੱਚੇ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਬੰਬ ਸੁੱਟਿਆ ਨਾ, ਉਹਨੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਇਹੀ ਕਾਰਨ ਹੈ ਕਿ ਅੱਜ 91 ਦੇ 91 ਜਿਹੜੇ MLA ਨੇ ਭਗਵੰਤ ਮਾਨ, ਉਹ ਖੁਦ ਵੈਸਟ ਹਲਕੇ ਦੇ ਵਿੱਚ ਆ ਕੇ ਬੈਠੇ ਆ। ਉਹ ਵੈਸਟ ਹਲਕੇ ਦੀ ਲੜਾਈ ਨਹੀਂ ਹੈ, ਪੰਜਾਬ ਦੀ ਲੜਾਈ ਹੈ। ਭਗਵੰਤ ਮਾਨ, ਝੂਠੀ ਸਰਕਾਰ ਦਾ ਅਸੀਂ ਵਿਰੋਧ ਕਰਦੇ ਹਾਂ। ਇਹੋ ਹੀ ਸ਼ੀਤਲ ਅੰਗਰਾਲ ਹੈ ਜਿਹੜਾ ਇਸੇ